ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਆਪਣੇ ਸੱਜਣਾ ਤੇ ਵੀਰਾਂ ਵਾਸਤੇ ਜਨਾਬ ਹਰ ਰੋਜ਼ ਇੱਕ ਅੱਛੀ ਤੇ ਬਿਹਤਰੀਨ ਵੀਡੀਓ ਲੈ ਕੇ ਆਈ ਦੀ। ਅੱਜ ਜਨਾਬ ਪਹਿਲਾਂ ਝੋਟੀ ਉਹਦੀ ਵੀਡੀਓ ਲੈ ਕੇ ਆਇਆ। ਵੀਡੀਓ ਵੇਖਣੀ ਆਖਰ ਤੱਕ। ਇਸ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਭ ਸਬਸਕ੍ਰਾਈਬ ਤੇ ਬੈਲ ਦੇ ਬਟਨ ਨੂੰ ਲਾਜ਼ਮੀ ਕਲਿੱਕ ਕਰਨਾ ਹੈ ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦੋਸਤੋ ਵੇਖੋ। ਸਭ ਤੋਂ ਪਹਿਲੇ ਆਪਣਾ ਵਟਸਐਪ ਈਮੋ ਦਾ ਨੰਬਰ ਹੈ 0348 0668 8488। ਕਾਲੀ ਸ਼ਾਹ ਮਾਸ਼ਾਅੱਲਾ, ਕਾਲੀ ਕੱਟ ਜਨਾਬ, ਕਾਲੀ ਅੱਖ, ਬਰੀਕ ਗੁੱਤੀ ਜਨਾਬ, ਬਿਲਕੁਲ ਜਨਾਬ ਚਮਕ ਰੰਗੀ ਧੌਣ, ਕੈਮਰੇ ਨਜ਼ਰ ਹੈ, ਪਸ਼ਮ ਹੈ ਜਨਾਬ, ਗਿੱਠ ਗਿੱਠ ਲਾਣੇ ਦੇਣੇ ਮੁਕੱਦਰ ਹੁੰਦੇ ਨੇ ਦੋਸਤੋ। ਸਾਫ਼ ਸੁਥਰਾ ਜਾਨਵਰ ਆਪਣੇ ਸੱਜਣਾ ਅਤੇ ਵੀਰਾਂ ਵਾਸਤੇ ਹਮੇਸ਼ਾ ਸਫ਼ਰ ਕਰਕੇ ਇਨਸ਼ਾਅੱਲਾ ਆਪਣੇ ਚੈਨਲ 'ਤੇ ਪਾਇਆ ਜਾਂਦਾ ਹੈ। ਠੁੱਡਾ ਪੁੱਠਾ ਟਾਕ, ਕੈਮਰੇ ਨਜ਼ਰ ਹੈ ਮਾਸ਼ਾਅੱਲਾ ਦੋਸਤੋ। ਕਾਲੀ ਕੱਟ ਜਨਾਬ, ਕਾਲੀ ਸ਼ਾਹ, ਇੱਕ ਹੱਡੀ ਹੈ। ਬਹੁਤ ਸਾਰੇ ਜਨਾਬ ਬੇਲੀ ਸੱਜਣ ਕਹਿੰਦੇ ਨੇ ਇੱਕ ਹੱਡੀ ਅਤੇ ਤਿੰਨ ਹੱਡੀਆਂ ਕਿਹੜੀਆਂ ਹੁੰਦੀਆਂ ਨੇ ਦੋਸਤੋ? ਇਹ ਜਨਾਬ ਕਹਿੰਦੇ ਨੇ ਜਨਾਬ ਇਹਨੂੰ ਇੱਕ ਹੱਡੀ ਜਨਾਬ। ਬਿਲਕੁਲ ਜਨਾਬ ਪੁੱਠੇ ਮਾਸ਼ਾਅੱਲਾ ਬੜੇ ਪਿਆਰੇ ਨੇ, ਕੈਮਰੇ ਨਜ਼ਰ ਵਿੱਚ ਨੇ, ਸੋਹਣਾ ਵਾਹਨਾ ਮਾਸ਼ਾਅੱਲਾ, ਥੱਪਿਆਂ ਦਾ ਵਾਹਨਾ, ਸੋਹਣਾ ਥਾਣ ਲਾਈ ਖੜੀ ਹੈ। ਬਾਕੀ ਜਨਾਬ ਜੋ ਇਹਦੀ ਡਿਟੇਲ ਹੈ, ਜੋ ਹਿਸਾਬ ਕਿਤਾਬ ਹੈ, ਸਾਰੀ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਇਹ ਕਿੰਨੇ ਦਿਨ ਲੈਂਦੀ, ਕਿੰਨਵਾਂ ਸੂਆ ਜਨਾਬ, ਤਸੱਲੀਆਂ ਕਰਾਵਾਂਗੇ ਆਪਣੇ ਵੀਰਾਂ ਨੂੰ ਵੇਖਣ ਵਾਸਤੇ, ਵਿਖਾਉਣ ਵਾਸਤੇ। ਇਨਸ਼ਾਅੱਲਾ ਕਮੀ ਪੇਸ਼ੀ ਨਹੀਂ ਕਰਾਂਗੇ, ਇਨਸ਼ਾਅੱਲਾ ਮੁਕੰਮਲ ਤਸੱਲੀ ਕਰਵਾਵਾਂਗੇ ਆਪਣੇ ਵੀਰਾਂ ਨੂੰ। ਮਾਸ਼ਾਅੱਲਾ ਸੋਹਣਾ ਵਾਹਨਾ, ਮਾਸ਼ਾਅੱਲਾ ਥੱਪਿਆਂ ਦਾ ਵਾਹਨਾ, ਸੋਹਣਾ ਥਾਣ ਲੱਗਿਆ, ਗਿੱਠ ਗਿੱਠ ਤੇ ਵਿਰਲੇ ਜਨਾਬ, ਕੈਮਰੇ ਨਜ਼ਰ ਹੈ, ਤਸੱਲੀ ਕਰਵਾਈ ਦੀ ਇਨਸ਼ਾਅੱਲਾ ਆਪਣੇ ਸੱਜਣਾਂ ਦੇ ਵੀਰਾਂ ਨੂੰ। ਬਾਕੀ ਜਨਾਬ ਕਾਲੀ ਸ਼ਾਹ, ਕਾਲੀ ਕੱਟ ਜਨਾਬ, ਬਿਲਕੁਲ ਬਰੀਕ ਪੂਛਲ ਹੈ ਜਿਵੇਂ ਜਨਾਬ ਧਾਗਾ ਹੁੰਦਾ ਹੈ। ਅਤੇ ਬਾਕੀ ਜਨਾਬ ਜਿਸਮ 'ਤੇ ਜਨਾਬ ਪਸ਼ਮ ਹੈ ਜਨਾਬ, ਗਿੱਠ ਗਿੱਠ ਪੂਰੀ ਜਨਾਬ, ਗਿਰਲਾਂ ਪੂਰੀਆਂ ਮਾਸ਼ਾਅੱਲਾ, ਤੁੰਨੀ ਕੋਈ ਨਹੀਂ, ਕੌੜੀ ਕੋਈ ਨਹੀਂ, ਬਿਲਕੁਲ ਸਾਫ਼ ਸੁਥਰੀ ਹੈ ਜਨਾਬ। ਤਸੱਲੀ ਕਰਵਾਵਾਂਗੇ, ਖਾਲੀ ਗੱਲਾਂ ਗੁੱਲਾਂ ਨਹੀਂ, ਨਾਲ ਨਹੀਂ ਕੰਮ ਚੱਲਦੇ ਜਨਾਬ, ਕੰਮ ਮੁਕੰਮਲ ਇਨਸ਼ਾਅੱਲਾ ਕਰਕੇ ਤਸੱਲੀ ਕਰਵਾਈ ਦੀ। ਇਨਸ਼ਾਅੱਲਾ ਤੁੰਨੀ ਕੋਈ ਨਹੀਂ, ਕੌੜੀ ਕੋਈ ਨਹੀਂ, ਸਾਫ਼ ਸੁਥਰੀ, ਚਾਰੇ ਪੈਰ ਨੇ ਜਿਵੇਂ ਜਨਾਬ ਘੋੜਿਆਂ ਦੇ ਸੁੰਭ ਹੁੰਦੇ ਨੇ। ਕਾਲੀ ਕੱਟ ਮਾਸ਼ਾਅੱਲਾ, ਬਿਲਕੁਲ ਬਰੀਕ ਹੈ ਜਿਵੇਂ ਰੇਸ਼ਮ ਦਾ ਕੱਪੜਾ ਹੁੰਦਾ ਹੈ। ਪੁੱਠੇ ਚੰਗੇ ਨੇ, ਖੁੱਡੇ ਢਾਕਾਂ ਜਨਾਬ, ਛੋਟੀ ਜਿਹੀ ਵੱਖੀ ਹੈ। ਤਸੱਲੀ ਕਰਾਓ ਕੈਮਰਾਮੈਨ ਸਾਹਿਬ, ਅੱਗੋਂ ਨੀਵੀਂ ਅਤੇ ਪਿੱਛੋਂ ਉੱਚੀ ਹੈ, ਕੈਮਰੇ ਨਜ਼ਰ ਹੈ, ਠੀਕ ਹੈ, 100 ਰੁਪਏ ਮਾਰਿਆ। ਅਤੇ ਟੁੱਟੀ ਫਿਰਦੀ ਜਨਾਬ ਕੈਮਰੇ ਨਜ਼ਰ 'ਚ ਹੁੰਦੀ ਹੈ ਤਾਂ ਕਿ ਕੋਈ ਪੈਰ 'ਚ ਕੰਡਾ ਛੰਡਾ ਹੋਵੇ, ਸਾਨੂੰ ਵੀ ਪਤਾ ਚੱਲੇ, ਸਾਡੇ ਸੱਜਣ ਵੀਰਾਂ ਨੂੰ ਜਨਾਬ ਵੇਖ ਸਕਣ। ਕੱਦ ਚੰਗਾ, ਲਾਮ ਚੰਗੀ, ਕੈਮਰੇ ਨਜ਼ਰ ਹੈ, ਤਸੱਲੀ ਕਰਵਾਵਾਂਗੇ ਆਪਣੇ ਸੱਜਣਾਂ ਅਤੇ ਵੀਰਾਂ ਨੂੰ। ਬਾਕੀ ਜਨਾਬ ਕਿੰਨੇ ਦਿਨ ਲੈਂਦੀ, ਕੀ ਇਹਦਾ ਹਿਸਾਬ ਕਿਤਾਬ ਹੈ ਜਨਾਬ, ਸਾਰੇ ਇੱਧਰ ਲਿਆ, ਛੋਟੇ ਇੱਧਰ ਲਿਆ। ਬਾਕੀ ਜਨਾਬ ਜੋ ਡਿਟੇਲ ਹੈ ਸਾਰੀ ਜਨਾਬ ਮਾਲਕ ਲੈ ਕੇ ਦੇਵਾਂਗੇ, ਇਨਸ਼ਾਅੱਲਾ ਮੁਕੰਮਲ ਡਿਟੇਲ ਲੈ ਕੇ ਦੇਵਾਂਗੇ। ਸੀਲ ਸਹੂ ਹੈ ਜਨਾਬ, ਪਾ ਦੇਣ ਪੈੜਾ ਪਾ ਦੇ, ਛੋਟਾ ਛੋਟਾ ਜਨਾਬ ਸਿੰਘ ਲੱਗਿਆ, ਕਾਲੀ ਸ਼ਾਹ ਅੱਖ ਹੈ ਜਨਾਬ, ਕਾਲੀ ਕੱਟ ਹੈ। ਇੱਧਰ ਆਹ ਲਾਲਾ, ਇੱਧਰ ਜਾ। ਅਸਲਾਮ ਵਾਲੇਕੁਮ ਭਾਈ ਜਾਨ, ਥੋੜ੍ਹਾ ਜਿਹਾ ਉੱਚੀ ਬੋਲਣਾ ਤਾਂ ਕਿ ਤੁਹਾਡੀ ਆਵਾਜ਼ ਹੈ ਜਿਹੜੀ ਸਾਡੇ ਸੱਜਣ ਅਤੇ ਵੀਰ ਵੀ ਸੁਣ ਸਕਣ। ਆਪਣਾ ਕੀ ਨਾਂ ਹੈ ਜੀ? ਸੈਯਦ ਸਾਬਰ ਹੁਸੈਨ ਸ਼ਾਹ। ਸੈਯਦ ਸਾਬਰ ਹੁਸੈਨ ਸ਼ਾਹ, ਇਹ ਜਿਹੜੀ ਆਪਣੀ ਝੋਟੀ ਹੈ ਜੀ, ਇਹ ਪਹਿਲਾ ਸੁਆ ਸੋਹਣੀ ਹੈ ਜੀ? ਪਹਿਲਾ ਸੁਆ ਸੋਹਣੀ ਨਾ? ਬਿਲਕੁਲ ਜੀ, ਪਹਿਲਾ ਸੁਆ ਸੋਹਣੀ ਹੈ। ਤੇ ਸਭ ਤੋਂ ਪਹਿਲੇ ਇਹ ਦੱਸਣੀ ਕਿ ਆਪਣੀ ਘਰ ਦੀ ਜਾਂ ਵਪਾਰ? ਇਹ ਮੇਰੀ ਘਰ ਦੀ ਹੈ ਜੀ। ਘਰ ਦੀ ਝੋਟੀ ਹੈ ਜੀ, ਪਿਓਰ ਨੀਲੀ ਹੈ? ਪਿਓਰ ਨੀਲੀ ਦੀ, ਸਾਨੂੰ ਅਸੀਂ ਬੜੀ ਸ਼ੌਕ ਨਾਲ ਰੱਖੀ ਹੋਈਆਂ ਨੇ ਮੱਝਾਂ। ਅੱਛਾ, ਰੱਖੀਆਂ ਹੀ ਨੀਲੀ ਦੀਆਂ ਨੇ? ਨੀਲੀ ਦੀ, ਇੱਕ ਮਿੰਟ ਆਸਤਾ ਆਸਤਾ ਬੋਲਣਾ, ਥੋੜ੍ਹਾ ਜਿਹਾ ਬ੍ਰੇਕ ਰੱਖ ਰੱਖ ਕੇ ਤਾਂ ਕਿ ਵਿੱਚ ਆਵਾਜ਼ ਜਿਹੜੀ ਹੈ ਤੇਰੀ ਮੇਰੇ ਸੱਜਣ ਅਤੇ ਵੀਰ ਅੱਜ ਬੜੇ ਜਨਾਬ ਸਕੂਨ ਨਾਲ ਸੁਣ ਸਕਣ। ਅੱਛਾ, ਇਹ ਤੁਹਾਡੀ ਘਰ ਦੀ ਹੈ, ਪਹਿਲਾ ਸੁਆ ਸੁਣੀ ਹੈ ਅਤੇ ਬੜੀ ਸ਼ੌਕ ਨਾਲ ਰੱਖੀ ਤੁਸੀਂ? ਬਿਲਕੁਲ। ਅਤੇ ਨੀਲੀ ਦੀਆਂ ਚੰਦ ਨਿਸ਼ਾਨੀਆਂ ਅੱਜ ਦੱਸੋ ਨਾ ਸਾਡੇ ਸੱਜਣਾਂ ਦੇ ਵੀਰਾਂ ਨੂੰ ਪਹਿਲੇ। ਪੁੱਠਾ ਮਾਝ ਦਾ ਨੀਲੀ ਵਾਲਾ, ਖਣ ਨੀਲੀ ਵਾਲਾ, ਅੱਛਾ, ਛੱਡੇ ਨੂੰ ਮਗਰ ਬਟਨ ਨੀਲੀ ਵਾਲੇ, ਸਿਰ ਨੀਲੀ ਵਾਲਾ, ਕੁੜੀ ਕੋਈ ਨਹੀਂ, ਦੁਨੀ ਕੋਈ ਨਹੀਂ, ਵੱਖੀ, ਕੱਦ, ਅੱਖਾਂ ਕਾਲੀਆਂ, ਪੁੱਛਲ ਦੇ ਸੀ। ਯਾਨੀ ਕਿ ਜਿਹੜੀ ਇਹਦੀ ਹੁੰਦੀ ਹੈ ਜਿਹੜੀ ਆਪਾਂ ਵਿਖਾਈ ਜਾਂਦੇ ਹਾਂ, ਕਾਲੀ ਕੱਟ, ਕਾਲੀ ਸ਼ਾਹ, ਜਾਣੀ ਕੋਈ ਚਿੱਟਾ ਵਾਲ ਨਾ ਹੋਵੇ। ਬਿਲਕੁਲ।
ਇਹਦੀ ਜਨਾਬ ਇਹਨੂੰ ਕਹਿੰਦੇ ਨੇ ਨੀਲੀ ਦੀ, ਇਹਨੂੰ ਪਿਓਰ ਨੀਲੀ ਦੀ ਕਹਿੰਦੇ ਨੇ। ਇਹ ਕੱਡੀ ਜਨਾਬ ਅੱਗੋ ਨੀਵੀਂ ਤੇ ਪਿੱਛੋਂ ਉੱਚੀ। ਅੱਛਾ, ਯਾਨੀ ਕਿ ਇਹ ਹੁੰਦੀ ਅਸਲ ਨੀਲੀ ਦੀ। ਪੌੜੀ ਦੇ ਇਹਦੀ ਬਿਲਕੁਲ ਕੋਈ ਨੀ, ਤੁੰਨੀ ਦਾ ਨਿਸ਼ਾਨ ਵੀ ਕੋਈ ਨਹੀਂ। ਬਾਕੀ ਜਨਾਬ ਪੈਰ ਨੇ ਮਾਸ਼ਾਅੱਲਾ ਜਿਵੇਂ ਘੋੜਿਆਂ ਦੇ ਸੁੰਬ ਹੁੰਦੇ ਨੇ, ਹਰ ਚੀਜ਼ ਜਨਾਬ ਕੈਮਰੇ ਨਜ਼ਰ ਹੈ ਬਿਲਕੁਲ ਜੀ। ਅੱਛਾ ਭਾਈ, ਮੇਰਾ ਗੱਬਣ ਚੋਟੀ ਹੈ, ਪਹਿਲਾ ਵਾਰਾ ਸੁਣਾ ਹੈ ਜੀ। ਇਹਦੇ ਨਾਨੀ ਦਾਦੀ ਦਾ ਅਸੀਂ ਰਿਕਾਰਡ ਨਹੀਂ ਪੁੱਛਣਾ ਜੀ ਜੀ। ਇਹ ਜੋ ਵੀ ਹੋਏਗਾ ਇਹਦਾ ਮਾਮਲਾਤ ਅੱਲਾ ਦੇ ਸਪੁਰਦ ਹੋਏਗਾ, ਨਸਲ ਜ਼ਾਤ ਚੰਗੀ ਹੈ ਬਿਲਕੁਲ। ਅਤੇ ਬਾਕੀ ਇਹਦੇ ਥਣਾਂ ਦੇ ਵਿੱਚ ਕੋਈ ਘਾਟਾ ਵਾਧਾ, ਥਣ ਘਟਦਾ ਹੋਵੇ, ਥਣ ਦੇ ਵਿੱਚ ਕੋਈ ਮਸਲਾ ਹੋਵੇ, ਉਹਦੀ ਮੁਕੰਮਲ ਗਰੰਟੀ ਬਿਲਕੁਲ ਹੋਵੇਗੀ ਜੀ, ਲਾਜ਼ਮ ਇਨਸ਼ਾਅੱਲਾ ਹੋਵੇਗੀ, ਗਰੰਟੀ ਹੋਵੇਗੀ, ਗਰੰਟੀ ਬਿਲਕੁਲ ਗਰੰਟੀ ਹੋਵੇਗੀ। ਤੇ ਬਾਕੀ ਜਨਾਬ ਇਹ ਕਿੰਨੇ ਦਿਨ ਲੈਂਦੀ ਹੈ? ਇਹ ਦਿਹਾੜੇ 8 ਲੈ ਜਾਵੇਗੀ, 8 ਤੋਂ 10 ਦਿਹਾੜੇ ਕੱਢੇਗੀ ਲਾਜ਼ਮ ਜੀ। 8 ਤੋਂ 10 ਦਿਨ ਕੱਢੇਗੀ, ਹਾਂ, ਜ਼ਿਆਦਾ ਵੀ ਲੈ ਸਕਦੀ, 2 ਦਿਨ ਉੱਤੇ ਵੀ ਲੈ ਸਕਦੀ ਹੈ। ਠੀਕ ਹੋ ਗਿਆ, ਤੇ ਇਨਸ਼ਾਅੱਲਾ ਬਾਨਾ ਤਾਂ ਫਿਰ ਮਾਸ਼ਾਅੱਲਾ ਬੜਾ ਬਣਾਵੇ ਬਿਲਕੁਲ ਜੀ। ਤੇ ਕੱਢੇਗੀ ਇਨਸ਼ਾਅੱਲਾ, ਸੂਹ ਦਾ ਡੋਡਾ ਚੁੱਕੇਗੀ ਇਨਸ਼ਾਅੱਲਾ, ਇਨਸ਼ਾਅੱਲਾ ਲਾਜ਼ਮ ਚੁੱਕੇਗੀ ਜੀ ਸੂਹ ਦਾ ਡੋਡਾ। ਅੱਛਾ ਭਾਈ, ਮੇਰਾ ਮੁਕੰਮਲ ਗਰੰਟੀ ਇਨਸ਼ਾਅੱਲਾ ਸੱਜਣਾ ਤੇ ਵੀਰਾਂ ਲੈ ਕੇ ਦੇਈਦੀ ਆਪਾਂ। ਤੇ ਇਹਦੇ ਜਾਨਵਰ ਦੇ ਵਿੱਚ ਕੋਈ ਮਸਲਾ ਮਸਾਇਲ ਹੋ ਜਾਵੇ, ਜਿੱਥੇ ਜਾਵੇ ਦੀ ਆਵਣ ਜਾਵਣ ਦਾ ਕਿਰਾਇਆ ਵੀ ਹੁੰਦਾ, ਸਾਰੀ ਪਲੰਟੀ ਪੈ ਜਾਂਦੀ ਹੁੰਦੀ ਆ ਬਿਲਕੁਲ। ਤੇ ਕੋਈ ਬੰਦਾ ਇਸੇ ਤਰੀਕੇ ਤੇਰੇ ਕੋਲ ਲੈ ਕੇ ਜਾਵੇ ਪਰਾ ਭਾਂਡਾ, ਗਰੰਟੀ ਮੁਕੰਮਲ ਹੈ। ਇਹ ਹੁਣ ਆਪਾਂ ਸੇਲ ਕਰਨੀ, ਮੁਹੱਬਤ ਤੇ ਪਿਆਰ ਵਾਲਾ ਰੇਟ ਕਰਨਾ, ਚੋਖਾ ਰੇਟ ਮੰਗਣਾ ਨਹੀਂ ਦਾ, ਨਾ ਕਿਸੇ ਦੇ ਦੇਣਾ, ਕਿਉਂਕਿ ਪੈਸੇ ਨੇ ਦਰਖਤਾਂ ਨਾਲ ਨਹੀਂ ਲੱਗਦੇ ਬਿਲਕੁਲ। ਆਈ ਸਰ, ਤੁਹਾਡੇ ਤਾਂ ਮਾਸ਼ਾਅੱਲਾ ਘਰ ਦੇ ਜਾਨਵਰ ਨੇ, ਅੱਜ ਮਕੂਲ ਜਿਹਾ ਰੇਟ ਕਰਨਾ ਹੈ, ਜਿੱਥੇ ਆਪਾਂ ਆਪਣੇ ਸੱਜਣਾ ਦੇ ਵੀਰਾਂ ਨੂੰ ਆਸੀ ਖੁਸ਼ੀ ਨਾਲ ਜਿਹੜਾ ਨਾ ਜਨਾਬ ਝੋਟੀ ਦੇ ਦਈਏ, ਜਿੰਨੇ ਦੀ ਵੇਚਣੀ ਉਹ ਗੱਲ ਕਰਦੇ, ਜਿੰਨੇ ਦੀ ਵੇਚਣੀ ਉਹ ਰੇਟ ਕਰਦੇ। 3,30,000 ਦੀ ਝੋਟੀ ਵੇਚਣੀ, 3,30,000 ਦੀ, 3,30,000। ਹੁਣ ਤੂੰ 3,30,000 ਰੁਪਇਆ ਕਹਿੰਦਾ ਪਿਆ, ਇਹਦੇ ਵਿੱਚ ਅਗਰ ਕੋਈ ਸਾਡਾ ਵੀਰ ਭਰਾ ਜਨਾਬ ਕੋਈ ਹਵਾ ਪਾਰ ਜਨਾਬ ਪਿਆਰ ਮੁਹੱਬਤ ਕਰਵਾਵੇ, ਕੋਈ ਦੀਦ ਪਿਆਰ ਕਰਾਵੇ, ਤੇ ਮੁਹੱਬਤ ਪਿਆਰ ਹੋ ਜਾਏਗਾ ਇਨਸ਼ਾਅੱਲਾ ਜੀ, ਲਾਜ਼ਮ ਹੋ ਜਾਏਗਾ, ਲਾਜ਼ਮ ਹੋ ਜਾਏਗਾ। ਠੀਕ ਹੈ, ਬਾਕੀ ਗਰੰਟੀ ਮੁਕੰਮਲ ਇਨਸ਼ਾਅੱਲਾ 8 ਤੋਂ 10 ਦਿਨ ਲੈਂਦੀ ਹੈ ਜੀ। ਘਰ ਦੀ ਝੋਟੀ ਹੈ ਜਨਾਬ ਪਿਓਰ ਨੀਲੀ ਦੀ, ਇਨਸ਼ਾਅੱਲਾ ਮੁਕੰਮਲ ਗਰੰਟੀ ਹੈ। 3,30,000 ਰੁਪਇਆ ਸੱਜਣੋ, ਤੇ ਇਨਸ਼ਾਅੱਲਾ ਅਗਰ ਕੋਈ ਬੰਦਾ ਸਾਡਾ ਸੱਜਣ ਵੀਰ ਇਹ ਗੱਲ ਕਰਦਾ ਕਿ ਯਾਰ ਅਸੀਂ ਝੋਟੀ ਜਨਾਬ ਜਿਹੜੀ ਸੂਈ ਤੋਂ ਲੈ ਜਾਈਏ, ਕੋਈ ਬਿਆਨਾ ਤੈਨੂੰ ਤਗੜਾ ਲਵਾ ਦਈਏ, ਤੇ ਝੋਟੀ ਰੋਕੇਗਾ? ਰੋਕ ਲਾਂਗੇ, ਰੋਕ ਲੈਣੀ, ਕੋਈ ਮਸਲਾ ਮਸਾਇਲ ਨਹੀਂ, ਸਾਡੀ ਘਰ ਦੀ ਹੈ, ਸਾਨੂੰ ਇਹਦੀ ਕੋਈ ਪਰੇਸ਼ਾਨੀ ਨਹੀਂ, ਇਹਨੂੰ ਅਸੀਂ ਬੜਾ ਅੱਛੀ ਤਰ੍ਹਾਂ ਜਾਣਦੇ ਹਾਂ, ਅੱਛੀ ਤਰ੍ਹਾਂ ਜਾ। ਬਾਕੀ ਇਹਨੂੰ ਤੇਲ ਸ਼ੇਲ ਘਿਓ ਸ਼ੋ ਦਿੱਤਾ? ਨਹੀਂ ਜੀ, ਕੋਈ ਸ਼ਾਇਬ ਹੀ ਨਹੀਂ ਅਜੇ ਦਿੱਤੀ, ਅਜੇ ਹੁਣ ਦੇਣੀ, ਅੱਜ ਦੇਣੀ ਹੈ। ਅੱਛਾ, ਅੱਜ ਦੇਣੀ ਹੈ। ਬਾਕੀ ਇਨਸ਼ਾਅੱਲਾ ਮਾਸ਼ਾਅੱਲਾ ਚੰਗੀ ਤੁਹਾਡੀ ਸੋਹਣੀ ਖੁਰਾਕ ਸੀ, ਝੋਟੀ ਮਾਸ਼ਾਅੱਲਾ ਚੰਗੀ ਸੋਹਣੀ ਹੈ, ਅੱਲਾ ਮੁਕਦਰਾ ਹੀ ਕਰੇ, ਜਿਹੜਾ ਬੰਦਾ ਜਾਵੇ ਉਹਨੂੰ ਵੀ ਜਨਾਬ ਨਸੀਬਾਂ ਹੀ ਕਰੇ। ਕੈਮਰਾਮੈਨ ਸਾਹਿਬ ਤਸੱਲੀ ਕਰਵਾ ਦਿਓ, ਗਰੰਟੀ ਪੂਰੀ ਇਨਸ਼ਾਅੱਲਾ। 3,30,000 ਰੁਪਇਆ ਸੱਜਣੋ ਤੇ ਵੀਰੋ, ਅੱਜ ਵਾਲੀ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ। ਆਪਣਾ ਨੰਬਰ ਹੁੰਦਾ 0348-067-8468। ਮਿਲਾਂਗੇ ਅੱਛੀ ਅਤੇ ਬਿਹਤਰੀਨ ਅਗਲੀ ਵੀਡੀਓ ਵਿੱਚ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।